ਨਿਊਯਾਰਕ ਟਾਈਮਸ ਦੇ ਮੁਤਾਬਕ 400 ਤੋਂ ਵੱਧ ਯੂਐਸ ਦੇ ਜੋ ਅਫੀਸ਼ੀਅਲਸ ਆ ਉਹਨਾਂ ਨੇ ਇੱਕ ਲੈਟਰ ਸਾਈਨ ਕੀਤਾ ਹੈਗਾ ਆ ਪ੍ਰੈਜ਼ੀਡੈਂਟ ਵਾਈਡਨ ਹੋਣਾ ਦੀ ਇਜ਼ਰਾਈਲ ਪਾਲਿਸੀ ਦੇ ਅਗੇਂਸਟ ਜਿਹੜੇ ਸਿਗਨੇਚਰ ਜਿਹੜੇ ਲੋਕਾਂ ਨੇ ਕੀਤੇ ਆ ਉਹ ਲਗਭਗ ਯੂਐਸ ਦੀਆਂ 40 ਦੇ ਕਰੀਬ ਗਵਰਨਮੈਂਟ ਏਜੰਸੀਜ਼ ਦੇ ਲਈ ਕੰਮ ਕਰਦੇ ਆ ਤੇ ਉਹਨਾਂ ਨੇ ਆਪਣਾ ਡਿਸੈਂਟ ਜਿਹੜਾ ਸ਼ੋ ਕੀਤਾ ਆ ਕਹਿੰਦੇ ਭਈ ਜਿਹੜੇ ਲੇਟੈਸਟ ਸਰਵੇ ਆਏ ਆ 66% ਅਮਰੀਕਨ ਕਹਿੰਦੇ ਆ ਬੀ ਇਮੀਡੀਏਟਲੀ ਸੀਜ਼ ਫਾਇਰ ਹੋਣਾ ਚਾਹੀਦਾ ਉੱਥੇ ਬਹੁਤ ਜ਼ਿਆਦਾ ਜਿਹੜਾ ਜ਼ੁਲਮ ਆ ਉਹ ਪਾਲੇਸਟੀਨੀਅਨ ਦੇ ਉੱਤੇ ਹੋ ਰਿਹਾ ਹੈਗਾ ਇੰਟਰਨਲ ਮੈਮੋਜ਼ ਜੋ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੂੰ ਕਹਿੰਦੇ ਵੀ ਦਰਜਨਾਂ ਦੇ ਕਰੀਬ ਸਟੇਟ ਡਿਪਾਰਟਮੈਂਟ ਦੇ EMPLOYES ਵੱਲੋਂ ਭੇਜੇ ਗਏ ਆ 1000 ਤੋਂ ਵੱਧ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ EMPLOYES ਵੱਲੋਂ ਭੇਜੇ ਗਏ ਸੀ ਇਸ ਲੈਟਰ ਚ ਇਹ ਵੀ ਇਹ ਕਿਹਾ ਗਿਆ ਆ ਬਈ ਯੂ ایس ਨੂੰ ਬਿਨਾ ਕਿਸੇ ਗੱਲ ਦੇ ਇਸ ਮਿਡਲ ਈਸਟ ਦੀ ਜੋ ਜੰਗ ਚੱਲ ਰਹੀ ਆ ਉਹਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ ਹੈਗਾ ਆ ਓਵਰ ਆਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸਰਵੇ ਦੇ ਮੁਤਾਬਕ 66% ਅਮਰੀਕਨ ਇਨਕਲੂਡਿੰਗ 80% ਉਹ ਡੈਮੋਕ੍ਰੇਟਸ ਜਿਹੜੇ ਕਹਿੰਦੇ ਆ ਕਿ ਅਸੀਂ ਪ੍ਰੈਜ਼ੀਡੈਂਟ ਵਾਈਡਰ ਨੂੰ ਉਹਨਾਂ ਨੂੰ ਵੋਟ ਪਾਈ ਸੀ ਉਹ ਇਸ ਦੇ ਨਾਲ ਐਗਰੀ ਨਹੀਂ ਕਰ ਰਹੇ ਅਕਤੂਬਰ 7 ਤੋਂ ਬਾਅਦ ਜਿਹੜਾ ਹਮਾਸ ਨੇ ਜਦੋਂ ਅਟੈਕ ਕੀਤਾ ਸੀ ਜਿਸ ਦੇ ਦੌਰਾਨ 1400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਇਜ਼ਰਾਈਲ 'ਚ ਤੇ 11000 ਤੋਂ ਵੱਧ ਜਿਹੜੇ ਪਾਲੇਸਤੀਨੀਆ ਨਾ ਉਹ ਮਾਰੇ ਜਾ ਚੁੱਕੇ ਹੈਗੇ ਆ ਸੋ ਇਸ ਚੀਜ਼ ਨੂੰ ਲੈ ਕੇ ਇੰਟਰਨਲੀ ਜਿਹੜਾ ਆ ਹੁਣ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਆ ਬਾਈਡਨ ਦੀ ਸਰਕਾਰ ਦੇ ਉੱਤੇ ਹੈਗਾ ਆ ਦੂਸਰੇ ਪਾਸੇ ਅੱਜ ਸੀਐਨਵੀਸੀ ਨੇ ਰਿਪੋਰਟ ਕੀਤਾ ਆ ਭਈ ਬੱਸਾਂ ਭਰ ਕੇ ਇੱਕ ਮਾਰਚ ਹੋ ਰਿਹਾ ਮਾਰਚ ਫਾਰ ਇਜ਼ਰਾਈਲ ਜੋਜ ਰਾਇਲ ਦੇ ਲੋਕਾਂ ਉਹਨਾਂ ਦੀ ਸਪੋਰਟ ਦੇ ਲਈ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਮਾਲ ਜੋ ਹੈਗਾ ਉਹਦੇ ਸਾਹਮਣੇ ਉੱਥੇ ਪ੍ਰੋਟੈਸਟ ਹੋਊਗਾ ਤੇ ਜਿਹੜਾ ਸਕਿਉਰਿਟੀ ਲੈਵਲ ਨੂੰ ਵੀ ਇਨਕਰੀਜ਼ ਕਰ ਦਿੱਤਾ ਗਿਆ ਹੈ ਐਂਟੀ ਸੇਮਿਟਿਜ਼ਮ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਹੋਇਆ ਯੂਨੀਵਰਸਿਟੀਆਂ ਦੇ ਵਿੱਚ ਲੜਾਈਆਂ ਹੋ ਰਹੀਆਂ ਹੈਗੀਆਂ ਤੇ ਕਾਫੀ ਜਿਹੜਾ ਆਪਾਂ ਦੇਖਿਆ ਸੀ ਵੀ ਪਿਛਲੇ ਵੀਕਐਂਡ ਦੇ ਦੌਰਾਨ ਆਪਣੇ ਲੰਡਨ ਦੇ ਵਿੱਚ 3 ਲੱਖ ਤੋਂ ਵੱਧ ਪ੍ਰੋ ਪਲਸ ਤੇ ਨਹੀਂ ਲੋਕਾਂ ਨੇ ਜਿਹੜਾ ਆ ਪ੍ਰੋਟੈਸਟ ਕੀਤਾ ਸੀ ਸੋ ਹੁਣ ਯੂ ਐਸ ਏ ਦੇ ਵਿੱਚ ਪ੍ਰੋ ਇਜ਼ਰਾਈਲੀ ਲੋਕ ਜੋ ਆ ਉਹੋ ਅੱਜ ਪ੍ਰੋਟੈਸਟ ਕਰਨ ਜਾ ਰਹੇ ਹੈਗੇ ਆ ਉੱਥੇ ਇਜ਼ਰਾਈਲ ਦੇ ਇੱਕ ਪ੍ਰੈਜ਼ੀਡੈਂਟ ਜਿਹੜੇ ਆ ਸਾਬਕਾ ਉਹਨਾਂ ਨੇ ਵੀ ਬੋਲਣਾ ਆ ਵੱਖ-ਵੱਖ ਸ਼ਹਿਰਾਂ ਤੋਂ ਬੱਸਾਂ ਭਰ ਕੇ ਜਿਹੜੇ ਯੂਜ਼ ਆ ਜਾਂ ਜਿਹੜੇ ਪ੍ਰੋ ਇਜ਼ਰਾਈਲ ਲੋਕ ਆ ਉਹੋ ਪ੍ਰੋਟੈਸਟ ਕਰਨ ਜਾ ਰਹੇ ਆ ਕਿ ਉਹਨਾਂ ਦੇ ਉੱਤੇ ਉੱਥੇ ਤਾਂ ਅਟੈਕ ਹੋਇਆ ਸੀ ਪਰ ਅਮਰੀਕਾ ਦੇ ਵਿੱਚ ਵੀ ਜਿਹੜਾ ਆ ਹੇਟ ਕਰਾਈਮ ਬਹੁਤ ਜ਼ਿਆਦਾ ਬਧਿਆ ਹੋਇਆ ਜੀ ਬਿਲਕੁਲ ਸਥਿਤੀ ਜਿਹੜੀ ਉਹ ਮਾੜੀ ਹੈ ਅੱਜ ਇਜ਼ਰਾਈਲ ਵਾਲਿਆਂ ਨੇ ਉੱਥੇ ਗਾਜ਼ਾ ਦੇ ਉਸ ਕਿੰਡਰਨ ਹਸਪਤਾਲ ਤੋਂ ਇਹ ਦਾਵਾ ਕੀਤਾ ਵੀ ਜਿਹੜੇ ਹਮਾਸ ਵਾਲੇ ਆ ਉਹ ਇਸ ਹਸਪਤਾਲ ਦੇ ਹੇਠਾਂ ਸੁਰੰਗਾਂ ਦੇ ਵਿੱਚ ਆਪਣਾ ਕਮਾਂਡ ਸੈਂਟਰ ਜਿਹੜਾ ਉਹ ਬਣਾਈ ਬੈਠੇ ਸੀ ਉਹਨਾਂ ਨੇ 2147 ਬਰੂਦ ਸੁਸਾਈਡ ਵੈਸਟ ਤੇ ਹੋਰ ਸਾਰੀਆਂ ਚੀਜ਼ਾਂ ਹਨ ਦੁਨੀਆ ਦੇ ਮੋਹਰੇ ਜਿਹੜੀਆਂ ਹੋ ਪੇਸ਼ ਕੀਤੀਆਂ ਹਮਾਸ ਨੇ ਇਸ ਪੂਰੀ ਗੱਲ ਨੂੰ ਜਿਹੜਾ ਹੁਣ ਕਾ ਰਿਆ ਆ ਅਜੇ ਤੱਕ ਕੋਈ ਵੀ ਜਿਹੜਾ ਨਿਊਜ਼ ਸੋਰਸ ਆ ਇਸ ਨੂੰ ਕਨਫਰਮ ਨਹੀਂ ਕਰ ਸਕਿਆ ਵੀ ਵਾਕਿਆ ਕਿ ਹਮਾਸ ਵਾਲੇ ਇਸ ਹਸਪਤਾਲ ਦੇ ਹੇਠੋਂ ਕੰਮ ਜਿਹੜੇ ਉਹ ਕਰ ਰਹੇ ਸੀਗੇ ਸੋ ਇਹ ਨਵਾਂ ਬਰਤਾਂਤ ਜਿਹੜਾ ਇਜ਼ਰਾਈਲ ਵਾਲੇ ਇਸ ਟਾਈਮ ਪੇਸ਼ ਕਰ ਰਹੇ ਆ ਵੀ ਹਸਪਤਾਲਾਂ ਦੇ ਹੇਠੋਂ ਜਿਹੜੇ ਹਮਾਸ ਵਾਲੇ ਆ ਉਹ ਕੰਮ ਕਰ ਰਹੇ ਆ ਇਸੇ ਲਈ ਕਹਿੰਦੇ ਵੀ ਅਸੀਂ ਹਸਪਤਾਲਾਂ ਨੂੰ ਖਾਲੀ ਇਵੈਕੂਏਟ ਜਿਹੜੇ ਆ ਉਹ ਕਰਵਾ ਰਹੇ ਹੈਗੇ ਆ ਲਾਸ਼ਾਂ ਦੇ ਢੇਰ ਜਿਹੜੇ ਉਹ ਲੱਗ ਰਹੇ ਆ ਇੱਕ ਪਾਸੇ ਹਸਪਤਾਲਾਂ ਨੂੰ ਘੇਰੀ ਬੈਠੇ ਆ ਆਈਡੀਐਫ ਵਾਲੇ ਇਜ਼ਰਾਈਲੀ ਡਿਫੈਂਸ ਫੋਰਸੇਸ ਤੇ ਉੱਥੇ ਕਹਿੰਦੇ ਵੀ ਮਾਸ ਗਰੇਵਜ਼ ਜਿਹੜੇ ਗਾਜ਼ਾ ਦੇ ਜ਼ਹਿਰੇ ਲੋਕਾਂ ਉਹਨਾਂ ਨੂੰ ਉੱਥੇ ਬਣਾਉਣੀਆਂ ਹੈ ਰਹੀਆਂ ਹੈਗੀਆਂ ਸੋ ਲਗਾਤਾਰ ਹਮਲੇ ਇਜ਼ਰਾਈਲ ਦੇ ਦੁਆਰਾ ਜਿਹੜੇ ਉਹ ਹੋ ਚੱਲ ਰਹੇ ਆ ਉਧਰ ਵੈਸਟ ਬੈਂਕ ਦੇ ਵਿੱਚ ਵੀ ਸਥਿਤੀ ਜਿਹੜੀ ਆ ਉਹ ਮਾੜੀ ਕਈ ਜਿਹੜੇ ਪੈਲਸਤਿਨੀ ਲੋਕ ਆ ਉਹਨਾਂ ਦੇ ਲਈ ਬਣੀ ਆ ਕਿਉਂਕਿ ਇਜ਼ਰਾਈਲੀ ਸੈਟਲਰਸ ਇੱਥੋਂ ਤੱਕ ਵੀ ਜਿਹੜੇ ਮਿਲਟਰੀ ਵਾਲੇ ਆ ਉਹਨਾਂ ਦੇ ਨਾਲ ਜਿਹੜਾ ਵਤੀਰਾ ਆ ਉਹ ਚੰਗਾ ਨਹੀਂ ਰੱਖ ਰਹੇ ਹੈਗੇ ਸੋ ਨਿਤਨੀਆਉ ਕਹਿੰਦੇ ਆ ਵੀ ਉਹ ਜਿਹੜੇ ਕੈਪਟਿਵਸ ਦੇ ਬਾਰੇ ਅਪਡੇਟ ਆ ਮਹੀਨੇ ਤੋਂ ਵੱਧ ਹੋ ਗਿਆ ਸਮਾਂ ਉਸ ਦੇ ਬਾਰੇ ਜਿਹੜੀ ਅਪਡੇਟ ਆ ਉਹ ਜਲਦ ਹੀ ਜਿਹੜੀ ਉਹ ਪ੍ਰਦਾਨ ਕਰਨਗੇ ਇਹਨਾਂ ਨੇ ਜਿਹੜੀ ਮਰਨ ਵਾਲਿਆਂ ਦੀ ਸੰਖਿਆ ਹੈ ਇਜ਼ਰਾਈਲ ਦੇ ਵਿੱਚ ਜਿਹੜੀ ਪਹਿਲਾਂ 1400 ਕਹਿੰਦੇ ਸੀ ਉਸ ਨੂੰ ਘਟਾ ਕੇ ਜਿਹੜਾ ਆਈ ਥਿੰਕ ਹਜ਼ਾਰ ਦੇ ird gird ਜਿਹੜਾ ਉਹ ਕਰ ਦਿੱਤਾ ਪਹਿਲਾਂ ਨੰਬਰ ਕਹਿੰਦੇ ਵੀ ਅਸੀਂ ਜਿਆਦਾ 10 ਬੈਠੇ ਸੀ ਰੀਸੈਂਟਲੀ ਇੱਕ ਹੋਰ ਵੀਡੀਓ ਫੁਟੇਜ ਦੀ ਇੱਕ ਇਹ ਚਰਚਾ ਜਿਹੜੀ ਉਹ ਚੱਲੀ ਆ ਜਦ ਹਮਾਸ ਨੇ ਹਮਲਾ ਕੀਤਾ ਤਾਂ ਇਜ਼ਰਾਈਲੀਆਂ ਨੇ ਵੀ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਗੋਲੀਬਾਰੀ ਜਿਹੜੀ ਕੀਤੀ ਸੀ ਕਹਿੰਦੇ ਇਨ discriminately ਬਗੈਰ ਦੇਖੇ ਵੀ ਕੌਣ ਅੱਗੇ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਜਿਸ ਤੇ ਵਿੱਚ ਇਹ ਜਿਹੜੇ ਵਿਰੋਧੀ ਵਾਲੇ ਆ ਉਹ ਕਹਦੇ ਆ ਇਹ ਖਦਸ਼ਾ ਪ੍ਰਗਟਾਰੇ ਆ ਵੀ ਹੋ ਸਕਦਾ ਹੈ ਵੀ ਜਿਹੜੇ ਇਜ਼ਰਾਈਲੀ ਕਈ ਮਰੇ ਆ ਉਹ ਇਹਨਾਂ ਦੀਆਂ ਆਪਣੀਆਂ ਹੀ ਫੌਜੀਆਂ ਗੋਲੀਆਂ ਦਾ ਸ਼ਿਕਾਰ ਵੀ ਹੋਏ ਹੋ ਸਕਦੇ ਆ ਦੋਨੋਂ ਤਰਫੋਂ ਜਿਹੜਾ ਪ੍ਰੋਪਗੈਂਡਾ ਆ ਬ੍ਰਿਤਾਂਤ ਆ ਨਵੇਂ-ਨਵੇਂ ਜਿਹੜੇ ਆ ਉਹ ਸਜਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਇਸ ਟਾਈਮ ਚੱਲ ਰਹੀ ਆ ਪਰ ਮਨੁੱਖਤਾ ਦਾ ਘਾਣ ਜਿਹੜਾ ਉਹ ਸਿਖਰ ਦੇ ਉੱਤੇ ਇਸ ਗਾਜ਼ਾ ਪੱਟੀ ਦੇ ਵਿੱਚ ਪਹੁੰਚ ਚੁੱਕਾ ਆ ਜਿੱਥੇ ਕਈ ਲੋਕ ਦੁਨੀਆ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕ ਸੀਜ਼ਫਾਇਰ ਸ਼ਾਂਤੀ ਦੀ ਜਿਹੜੀ ਉਹ ਗੱਲ ਕਰ ਰਹੇ ਆ ਪਰ ਹਾਲ ਦੀ ਘੜੀ ਇਜ਼ਰਾਈਲ ਵਾਲੇ ਇਸ ਸੀਜ਼ਫਾਇਰ ਦੇ ਲਈ ਬਿਲਕੁਲ ਵੀ ਮੰਨ ਨਹੀਂ ਰਹੇ